ਚਾਂਦੀ ਦਾ ਛੱਲਾ ਰਹਿ ਗਿਆ, ਕੱਲਾ ਚਾਰ ਸੀ ਯਾਰ ਚਲੇ ਗਏ ਬਾਹਰ। ਕੱਲ ਵੀ ਸਨੀ ਵੀ ਆਪਣਾ ਬਾਹਰ ਚਲਿਆ ਗਿਆ ਵਾਪਸ। ਹੁਣ ਥੋੜੇ ਦਿਨ ਬਹੁਤ ਔਖਾ ਲੱਗਣਾ ਵਾ, ਪਰ ਇਹਨੂੰ ਤਾਂ ਦੁਨੀਆਦਾਰੀ ਕਹਿੰਦੇ ਆ। ਕਈ ਵਾਰੀ ਕਈ ਚੀਜ਼ਾਂ ਸੈਕਰੀਫਾਈਸ ਕਰਨੀਆਂ ਪੈਂਦੀਆਂ ਨੇ। ਮਾਂ ਪਿਓ ਵੀ ਛੱਡ ਕੇ ਆਉਣੇ ਪੈਂਦੇ ਆ, ਭਰਾ ਵੀ ਛੱਡਣੇ ਪੈਂਦੇ ਆ, ਯਾਰ ਦੋਸਤ ਵੀ ਕਿਵੇਂ ਛੱਡਣੇ ਪੈ ਜਾਂਦੇ ਆ। ਸੋ ਵੈਲਕਮ ਟੂ ਚੈਨਲ ਗਾਇਸ, ਆਈ ਹੋਪ ਐਵਰੀਵਨ ਇਜ਼ ਡੂਇੰਗ ਗ੍ਰੇਟ। ਪਵਨ ਹੁਣੀ ਕੱਲ੍ਹ ਦੇ ਕਹਿ ਰਹੀ ਆ, ਸੋ ਹੁਣ ਮੈਂ ਪਹਿਲਾਂ ਜਾ ਕੇ ਉਹਨਾਂ ਨੂੰ ਲੈ ਆਵਾਂ, ਬਾਕੀ ਗੱਲਾਂ ਸਾਰੀਆਂ ਬਾਅਦ ਚ। ਕੱਲ ਸਾਨੂੰ ਪਿੰਦਰ ਛੱਡ ਕੇ ਵਾਪਸ ਚਲੇ ਗਏ ਸੀ, ਉਹ ਜਦੀ ਮੋਹੀ ਚਲੇ ਗਏ ਸੀ, ਫਿਰ ਉੱਥੇ ਜਾ ਕੇ ਰਹੇ, ਤੇ ਅੱਜ ਸਵੇਰੇ ਉਹ ਜੋਧਾ ਵਾਪਸ ਆਏ ਨੇ। ਹੁਣ ਮੈਂ ਚੱਲੀ ਆ ਬਰਿੰਦਰ ਨਾਲ ਰਣਸ਼ੇਰ ਦੇ ਇੰਜੈਕਸ਼ਨ ਲਵਾਉਣ। ਰਣਸ਼ੇਰ ਦਾ ਇੰਜੈਕਸ਼ਨ ਇਸ ਵਾਰੀ ਥੋੜਾ ਜਿਹਾ ਲੇਟ ਹੋ ਗਿਆ, ਕਿਉਂਕਿ ਇਹ ਸੂਏ ਕੱਢ ਰਿਹਾ ਵਾ, ਉਹਦੇ ਕਰਕੇ ਕਦੇ ਇਹਦਾ ਬੋਡੀ ਟੈਂਪਰੇਚਰ ਹਾਈ ਜਿਹਾ ਹੋ ਜਾਂਦਾ ਸੀ, ਕਦੇ ਲੋ ਹੋ ਜਾਂਦਾ ਸੀ, ਮਤਲਬ ਇਹ ਠੀਕ ਨਹੀਂ ਸੀ ਰਹਿੰਦਾ। ਤਾਂ ਕਰਕੇ ਆਪਾਂ ਸੋਚਿਆ ਵੀ ਜਦੋਂ ਇਹਦਾ ਸਰੀਰ ਪੂਰਾ ਸੈੱਟ ਹੋਊਗਾ ਆਪਾਂ ਇਸ ਵਾਰੀ ਇੰਜੈਕਸ਼ਨ ਉਹਦੇ ਹੀ ਲਵਾਵਾਂਗੇ। ਕਿਉਂ ਰਣਸ਼ੇਰ? ਹਾਂ, ਇਹ ਕਹਿੰਦਾ ਮੈਂ ਵੀ ਇਹੀ ਸੋਚ ਰਿਹਾ ਵਾਂ ਵੀ ਇਸ ਵਾਰੀ ਸੂਈ ਹਲੇ ਮੇਰੇ ਲੱਗੀ ਨਹੀਂ, ਅੱਜ ਲੱਗੂਗੀ। ਚਲੋ ਹੁਣ ਆਪਾਂ ਚੱਲਦੇ ਹਾਂ ਲੁਧਿਆਣੇ ਨੂੰ। ਕੈਸੇ ਹੋ ਜਨਾਬ, ਬੜੀਆ। ਕਿਹਦੇ ਨਾਲ ਚੱਲਿਆ ਤੂੰ? ਨਹੀਂ, ਗੱਡੀ ਚ ਕਿਹਦੇ ਨਾਲ ਜਾਣਾ ਬੈਠਾ ਤੂੰ? ਮਾਮਾ ਮਾਮਾ ਟੀਕਾ ਲਵਾਉਣਾ। ਟੀਕਾ ਲਵਾ ਦੀਏ ਤੇਰੇ? ਲਵਾ ਦੀਏ ਹੈ ਨੋਈ। ਰਣਸ਼ੇਰ ਤਾਂ ਇੰਜੈਕਸ਼ਨ ਲਵਾਉਂਦਾ, ਇੰਨਾ ਕੁ ਰੋਇਆ, ਇੰਜੈਕਸ਼ਨ ਤਾਂ ਇੱਕ ਸਕਿੰਟ 'ਚ ਹੀ ਲੱਗ ਗਿਆ, ਪਰ ਇਹ ਡਾਕਟਰ ਦੇ ਕਲੀਨਿਕ ਦੇ ਅੰਦਰ ਵੜਨ ਸਾਰ ਹੀ ਰੋਣ ਲੱਗ ਗਿਆ ਛੇਤੀ। ਬਾਹਰ ਬਾਹਰ ਮੁੜ ਕੇ ਜਦੋਂ ਅਸੀਂ ਇੰਜੈਕਸ਼ਨ ਲਵਾ ਕੇ ਬਾਹਰ ਆ ਗਏ, ਪੇਮੈਂਟ ਕਰਨ ਲੱਗੇ, ਉਹ ਡਾਕਟਰ ਬਾਹਰ ਨਿਕਲੇ, ਉਹਨਾਂ ਨੂੰ ਦੇਖ ਕੇ ਰੋਣ ਲੱਗ ਗਏ ਵੀ ਨਹੀਂ ਫਿਰ ਮੇਰੇ ਇੰਜੈਕਸ਼ਨ ਲੱਗੂਗਾ। ਠੀਕ ਆ ਪੁੱਤ? ਠੀਕ ਆ। ਹਾਂ ਹੁਣ ਸਮਾਈਲ ਆਉਂਦੀ ਆ। ਹੁਣ ਚੱਲ ਆਪਾਂ ਜੂਸ ਪੀਏ। ਹਾਂ ਹੁਣ ਇਹਨੂੰ ਥੋੜ੍ਹਾ ਜਿਹਾ ਜੂਜਾਸ ਪਿਲਾਉਂਦੇ ਹਾਂ ਅਤੇ ਫਿਰ ਆਪਾਂ ਘਰ ਨੂੰ ਚੱਲਦੇ ਹਾਂ। ਸਾਰੇ ਮੂਹਰੇ ਹਲੇ ਸਾਨੂੰ ਪਾਰਕਿੰਗ ਨਹੀਂ ਮਿਲੀ। ਮੈਂ ਸੋਚਿਆ ਰਣਸ਼ੇਰ ਦੀਆਂ ਨਾ ਇੱਕ ਦੋ ਚੀਜ਼ਾਂ ਲੈਣ ਵਾਲੀਆਂ ਨੇ, ਛੋਟੀਆਂ ਛੋਟੀਆਂ ਦੀਆਂ, ਇੱਥੇ ਇੱਕ ਦੁਕਾਨ ਹੈਗੀ ਆ, ਆਪਾਂ ਲੈ ਲਈਏ। ਰਣਸ਼ੇਰ ਆਪਦੇ ਮਾਮੂ ਕੋਲ ਬੈਠੂਗਾ, ਮੈਂ ਜਾ ਕੇ ਲੈ ਆਉਂਗੀ। ਰਣਸ਼ੇਰ ਲਈ ਆਪਾਂ ਸ਼ੋਰਟਸ ਲੈਣੇ ਸੀਗੇ। ਰਣਸ਼ੇਰ ਤਾਂ ਸੌਂ ਗਿਆ, ਬਟ ਬਰਿੰਦਰ ਨੂੰ ਭੁੱਖ ਲੱਗੀ ਸੀ, ਕਿਉਂਕਿ ਉਹ ਘਰੋਂ ਰੋਟੀ ਵੀ ਨਹੀਂ ਸੀ ਖਾ ਕੇ ਆਇਆ, ਉਹ ਖਾਣ ਗਿਆ ਵਾ ਆਪਦਾ ਸਾਬੇ। ਮੈਂ ਕਿਹਾ ਮੈਂ ਗੱਡੀ 'ਚ ਬੈਠ ਕੇ ਵੇਟ ਕਰਦੀ ਹਾਂ, ਮੇਰਾ ਮਨ ਨਹੀਂ ਸੀ ਖਾਣ ਦਾ। ਅਸਲ ਮੈਂ ਇਹਨਾਂ ਨੇ ਪੀਤਾ ਸੀ ਜੂਸ, ਮੈਂ ਉੱਥੇ ਪੀ ਲਿਆ ਮੈਂਗੋ ਸ਼ੇਕ, ਤਾਂ ਕਰਕੇ ਉਹ ਥੋੜ੍ਹਾ ਜਿਹਾ ਹੈਵੀ ਹੋ ਗਿਆ। ਮੈਂ ਕਿਹਾ ਬਰਿੰਦਰ ਤੂੰ ਹੀ ਖਾ ਲਾ, ਅੱਜ ਮੈਂ ਗੱਡੀ 'ਚ ਬਹਿ ਕੇ ਵੇਟ ਕਰਦੀ ਹਾਂ, ਨਾਲੇ ਰਣਸ਼ੇਰ ਸੁੱਤਾ ਪਿਆ, ਹੁਣ ਜੇ ਮੈਂ ਬਾਹਰ ਉਤਰੀ ਤਾਂ ਇਹਨੇ ਉੱਠ ਖੜਨਾ। ਚਲੋ ਵੀ ਫਿਰ ਆਪਾਂ ਇੱਥੋਂ ਸਾਬੇ ਵਗੈਰਾ ਖਾ ਕੇ ਫਿਰ ਘਰ ਜਾ ਕੇ ਸਿੱਧਾ ਤੁਹਾਨੂੰ ਮਿਲਦੇ ਹਾਂ। ਕੀ ਕਰਦਾ ਵਾਂ? ਮਿੱਟੀ 'ਚ ਲਿਟ ਰਿਹਾ ਵਾਂ, ਮਿੱਟੀ 'ਚ ਲਿਟ ਰਿਹਾ ਵਾਂ। ਲੈ 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 ਕੱਪੜੇ ਦੇ ਲਾ, ਚਿੱਟੇ ਤੋਂ ਕਾਲੇ ਹੋ ਜਾਣੇ ਆ। ਕੀੜਿਆਂ ਦਾ ਦੁਸ਼ਮਣ ਹੈ ਮਿੱਟੀ ਤਾਂ ਜ਼ਰੂਰੀ ਹੈ ਇਹਨੂੰ। ਮਿੱਟੀ ਤਾਂ ਹਾਂ ਚੰਗੀ ਚੀਜ਼ ਆ, ਵਧੀਆ ਸਗੋਂ ਦੀ, ਪਰ ਕੀੜਿਆਂ ਦਾ ਵਾਧੀ ਆ ਨਾ। ਕੀੜਿਆਂ ਥੋੜੇ ਹਟੂ ਜਿੱਦਣੇ ਵੱਢੀ ਦਿੰਦੀ ਕੀੜੇ ਨੇ, ਹਾਂ ਅੱਖਾਂ 'ਚ ਨਾ ਪਾਲੀ ਬਸ ਐ ਕਰਕੇ। ਰਣਸ਼ੇਰ ਇਹ ਹੁਣ ਕੁਝ ਜ਼ਿਆਦਾ ਨਹੀਂ ਹੋ ਰਿਹਾ? ਨਹੀਂ ਰਣਸ਼ੇਰ ਇੱਧਰ ਦੇਖੀ, ਮੰਮਾ ਮੂੰਹ ਹੀ ਰਹਿ ਗਿਆ ਸੀ, ਉਹ ਤਾਂ ਵੀ ਲੱਗ ਗਈ ਮਿੱਟੀ। ਹਾਂ ਕਬੂਤਰ ਨੂੰ ਸਾਦੇ ਕੇ ਆ ਆ ਆ ਆ ਕਰਦੇ। ਡੈਡਾ ਕੋਲ ਜਾਣਾ ਅੱਜ?
ਨਹੀਂ ਕਿਉਂ ਨਹੀਂ ਇੱਥੇ ਹੀ ਰਹਿਣਾ ਹੈ ਨਾਨੂ ਕੋਲ ਹੀ ਰਹਿਣਾ ਮਾਮਾ ਮਾਮੇ ਕੋਲ ਰਹਿਣਾ ਮਾਮਾ ਠੀਕ ਆ ਸ਼ੇਰ ਚੱਲੀਏ ਆਪਾਂ ਹੁਣ ਕਿਉਂ ਚੱਲ ਡੈਡਾ ਲੈਣ ਆਉਂਦੇ ਆਪਾਂ ਚੱਲੀਏ ਹੁਣ ਤੂੰ ਰੈਡੀ ਹੈ ਨਹੀਂ ਰੈਡੀ ਨਹੀਂ ਚੱਲ ਫਿਰ ਹੋ ਜਾ ਰੈਡੀ ਉਹ ਡੈਡਾ ਆਉਂਦੇ ਆ ਲੈਣ ਤੂੰ ਜਾਣਾ ਡੈਡਾ ਕੋਲੇ ਡੈਡਾ ਨੂੰ ਮਿਸ ਕਰਦਾ ਨਹੀਂ ਨਹੀਂ ਕੁੱਟੂ ਡੈਡਾ ਆ ਕੇ ਤੈਨੂੰ ਚੱਲ ਚੱਲੀਏ ਹੁਣ ਪਿੰਡ ਨੂੰ ਰਨਸ਼ੇਰ ਚੱਲ ਚੱਲੀਏ ਜਾਣਾ ਨਹੀਂ ਖੜ ਜਾ ਤੂੰ ਜਾਣਾ ਨੀ ਜਾਣਾ ਨੀ ਯਾਰ ਦਾਦਾ ਡੀਕਦਾ ਯਾਰ ਹੁਣ ਹੁਣ ਰਣਸ਼ੇਰ ਮੁੱਕਰ ਗਿਆ ਸਾਰਿਆਂ ਨੂੰ ਬਾਏ ਕਰ ਕਰਕੇ ਫਟਾਫਟ ਪਾਰੀਆਂ ਕਰਤੀ ਵੀ ਰੱਖ ਨਾ ਲੈਣ ਮੈਨੂੰ ਬਾਏ ਮੱਥੇ ਚ ਨੀ ਮਾਰਨੀ ਪੁੱਤ ਚਲੋ ਚੱਲੀਏ ਚੱਲੀਏ ਹੁਣ ਆਪਾਂ ਫਾਟਕਾਂ ਤੇ ਖੜੇ ਆ ਤੇ ਰਣਸ਼ੇਰ ਜੀ ਰੌਲਾ ਪਾ ਕੇ ਉੱਥੇ ਪਹੁੰਚ ਗਏ ਗੱਡੀ ਚਲਾਉਣ ਲਈ ਲੈ 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 ਉਡਾ ਤਾਂ ਆਪ ਨੀ ਤੂੰ ਜਿੱਡਾ ਸਟੇਰੰਗਾ ਉਹ ਡਿੱਡਿਆ ਲੈ 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 ਪੂਰੀ ਫੀਲਿੰਗ ਚ ਓਏ ਨਾ ਬਹੁਤ ਟਾਈਮ ਤੋਂ ਘਰੇ ਆ ਕੋਰੀ ਰਾਇਆ ਪਿਆ ਵਾ ਮੈਨੂੰ ਲੱਗਦਾ ਘੱਟੋ ਘੱਟ 1.5-2 ਮਹੀਨੇ ਹੋ ਜਾਣਗੇ ਪਰ ਅੱਜ ਇਹ ਕੋਰੀਰ ਖੋਲਣ ਦਾ ਟਾਈਮ ਆ ਗਿਆ ਹਾਂਜੀ ਇਹ ਕਾਹਦੇ ਲਈ ਆ ਤੇ ਕੀ ਆ ਉਹ ਤੁਹਾਨੂੰ ਗਾਹ ਪਤਾ ਲੱਗ ਹੀ ਜਾਣਾ ਬਲੇਟ ਹੋਏ ਤਾਂ ਨੀ ਵੱਜ ਗਿਆ ਕਿਉਂਕਿ ਸਾਡਾ ਇੱਕ ਹੋਰ ਕੋਰੀਅਰ ਆਇਆ ਹੋਇਆ ਸੀਗਾ ਇਹ ਵੀ ਅਸੀਂ ਹਲੇ ਕੱਲ ਪਰਸੋਂ ਯੂਜ ਕਰਨ ਲੱਗੇ ਆ ਮਤਲਬ ਵੀਡੀਓ ਦੱਸਣਾ ਭੁੱਲ ਗਏ ਸੀਗੇ ਆਪਾਂ ਹੁਣ ਲਾਏ ਹੋਏ ਆ ਉਹ ਕੀ ਕਹਿੰਦੇ ਇਹਨਾਂ ਨੂੰ ਮਾਈਕ ਵਾਇਰਲੈਸ ਮਾਈਕ ਹਾਂਜੀ ਇਹਨਾਂ ਦੀ ਜ਼ਰੂਰਤ ਸੀਗੀ ਆਪਾਂ ਨੂੰ ਦੇਖੋ ਅਸੀਂ ਨਾ ਚੀਜ਼ਾਂ ਹੌਲੀ ਹੌਲੀ ਕਿੰਨਾ ਟਾਈਮ ਵੱਧ ਲੈਂਦੇ ਹਾਂ ਯਾਰ ਇਹ ਘਰ ਦੇ ਭਲੇ ਰੱਖ ਤੂੰ ਮੈਂ ਥੱਲਿਓਂ ਪਾੜ ਦੂੰਗਾ ਉਹਨੂੰ ਆਈ ਫੋਨ ਦਾ ਚਾਲ ਇਹ ਚ ਪੰਪ ਹੋਊਗਾ ਵਾ ਭਰਨ ਵਾਲਾ ਹੁਣ ਤਾਂ ਦੇਖਣ ਨੂੰ ਇਹ ਛੋਟੀ ਚੀਜ਼ ਲੱਗ ਰਹੀ ਆ ਪਰ ਜਦੋਂ ਹਵਾ ਭਰੀ ਗਈ ਇਹ ਬਹੁਤ ਆਰਾਮਦਾਇਕ ਚੀਜ਼ ਹੋ ਜਾਣੀ ਆ ਝੋਲਾ ਓਕੇ ਇਹਦੇ ਵਿੱਚ ਤਾਂ ਆਪਾਂ ਭਵਨ ਨੂੰ ਪਾ ਦਿਆ ਕਰਨਾ ਯਾਰ ਤੂੰ ਹਲਕੀ ਜੀ ਤਾਂ ਫੁੱਲਾਂ ਵਰਗੀ ਆ ਨਾ ਪਹਿਲਾਂ ਹੁਣ ਆਪਾਂ ਇਹਦੇ ਚ ਹਵਾ ਭਰੀਏ ਹਲੋ ਇੰਨਾ ਟਾਈਮ ਹੋ ਗਿਆ ਇਹਨੂੰ ਹੁਣ ਤਾਂ ਅਸੀਂ ਡਰ ਲੱਗੀ ਜਾਂਦਾ ਚੱਲੂ ਪਤਾ ਹੀ ਨਹੀਂ ਚੱਲੂ ਪੰਪ ਤਾਂ ਚੱਲ ਪਿਆ ਪਰ ਆ ਤਾਰ ਬਹੁਤ ਛੋਟੀ ਆ ਚਲੋ ਕੋਈ ਨਹੀਂ ਇਹਨੂੰ ਗੱਦੇ ਨੂੰ ਚੱਕ ਕੇ ਕੋਲੇ ਕਰ ਲਓ ਕਿਹੜਾ ਚੜੂ ਦੇ ਉੱਤੇ ਦੇਖੋ ਤਾਂ ਹਾਂ ਪਰ ਜਾਂਦੀ ਆ ਵਾ ਕਿ ਨਹੀਂ ਲੱਗਦੀ ਤਾਂ ਹੈ ਹੈ ਆਹ ਜੇ ਵਿੱਚੋਂ ਜੋ ਤਾਂ ਲੱਗਦੀ ਦੇਖੋ ਲੱਗਦੀ ਹੈ ਕਿ ਨਹੀਂ ਹੌਲੀ ਹੌਲੀ ਭਰੀ ਜਾਊਰ ਵੀ ਦੇਖਣ ਆਏ ਵਾ ਉਹਦੇ ਡੈਡਾ ਹਵਾ ਭਰਦੇ ਇਹਦੇ ਚ
ਹਾਂਜੀ ਮੰਮਾ ਪਰੇ ਰਹਿ ਪੁੱਤ ਪੁੱਤ ਪਰੇ ਵੀ ਆਹ ਹਵਾ ਭਰੀ ਜਾਓ ਹਵਾ ਪਹਿਲਾਂ ਮੈਂ ਇਧਰਲੇ ਪਾਸੇ ਲਾ ਲਈ ਸੀ ਮਤਲਬ ਸ਼ਾਇਦ ਹਵਾ ਤਾਂ ਨਹੀਂ ਭਰੀ ਗਈ ਇਧਰੋਂ ਸ਼ਾਇਦ ਹਵਾ ਭਰੀ ਜਾਵੇ ਅੱਛਾ ਹੋਰ ਪਾਸੇ ਵੀ ਇਹ ਲਾਉਣ ਦੋ ਪਾਸੇ ਆ ਮੈਂ ਨਹੀਂ ਕਿਹਾ ਹਵਾ ਕਾਹਤੇ ਨਹੀਂ ਭਰੀ ਜਾਂਦੀ ਪੰਪ ਤਾਂ ਚੱਲ ਰਿਹਾ ਭਰੀ ਗਈ ਭਰੀ ਗਈ ਭਰੀ ਗਈ ਭਰੀ ਗਈ ਭਰੀ ਗਈ ਇਹ ਬਸ ਇਹਦੇ ਕਲਰ ਅੱਡ ਆ ਇਹ ਅੱਡ ਹੋਵੇ ਇਹਦਾ ਨਿਕਲ ਵੀ ਨਾਲ ਹੁੰਦੀ ਤਾਂ ਯਾਰ ਫਿਰ ਉਹ ਲਾਵੋ ਨਾ ਉਹਨੂੰ ਜਦੇ ਹੀ ਭਰ ਕੇ ਡੈਡੀ ਦੀ ਵਾਰੀ ਆਈ ਪਾਰ ਨਾ ਦੇ ਰੈਡੀ ਬਸ 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 ਡੈਡੀ ਭਰ ਗਈ ਇਹ ਆ ਹੀ ਰਹਿਣਾ ਪੋਲਾ ਇੰਨਾ ਕੀ ਰਹਿਣਾ ਰੈਡੀ ਇਹ ਪੋਲਾ ਜੀ ਆ ਫੜੀ ਲਾ ਦੇ ਕੱਟ ਚਾਲ ਦਿਮਾਗ ਚਾਹੀਦਾ ਕਾਕਾ ਜੀ ਟੂਟੀ ਵੀ ਲਾਉਣੀ ਪੈਂਦੀ ਹੈ ਇੱਕ ਲੋਕ ਲਾਉਣਾ ਪੈਂਦਾ ਫਿਰ ਦੂਜਾ ਬਾਅਦ ਚੋਂ ਲੱਗਦਾ ਅੱਡ ਅੱਡ ਹੈ ਜੀ ਬੈੱਡ ਚ ਹਵਾ ਮੈਂ ਭਰੀ ਆ ਪਵਨ ਕਹਿੰਦੀ ਪਾਵਿਆਂ ਚ ਮੈਂ ਭਰੂ ਇਹ ਬੈੱਡ ਦੇ ਪਾਵੇ ਨੇ ਐਮਾਜ਼ੋਨ ਤੇ ਚੀਜ਼ਾਂ ਤਾਂ ਵਧੀਆ ਆਉਂਦੀਆਂ ਨੇ ਯਾਰ ਕਦੇ ਕਦੇ ਤਾਂ ਵਧੀਆ ਨਿਕਲਦੀਆਂ ਨੇ ਜਿਹੜੇ ਆਪਣੇ ਮਾਈਕ ਲੱਗੇ ਹੋਏ ਆ ਮੈਨੂੰ ਇਹ ਨਹੀਂ ਪਤਾ ਆਪਾਂ ਇਹਦੀ ਜਿਹੜੀ ਆਪਣੀ ਕੈਂਸਲੇਸ਼ਨ ਹੁੰਦੀ ਨੋਇਸ ਕੈਂਸਲੇਸ਼ਨ ਉਹ ਆਨ ਕੀਤੀ ਆ ਕਿ ਨਹੀਂ ਕੀਤੀ ਪਹਿਲਾਂ ਪਾਵੇ ਧਰੀਏ ਤਾਂ ਕੰਮ ਛੋਟਾ ਹੋ ਗਿਆ ਪਹਿਲਾਂ ਸੀਟ ਪੂਰੀ ਕਰੋ ਰਣਛੇਰ ਨੇ ਤੈਨੂੰ ਬੋਲੇ ਹੀ ਬਣਾ ਲਈਆਂ ਸੀ ਇੱਕ ਇੱਧਰ ਇੱਕ ਇੱਥੇ ਆਊਗਾ ਇਹਦੀ ਬੈਕ ਸੀਟ ਦੂਜਾ ਇੱਧਰਲੇ ਪਾਸੇ ਗੱਡੀ ਛੋਟੀ ਆ ਆਪਣੀ ਵੱਡੀ ਗੱਡੀ ਲੈਣੀ ਪੈਣੀ ਆ ਪਹਿਲਾਂ ਵੱਡ ਖਾਤਰ ਹੁਣ ਮੈਨੂੰ ਲੱਗਦਾ ਨਾ ਆਪਾਂ ਇਹਨਾਂ 'ਚ ਥੋੜ੍ਹੀ ਜਿਹੀ ਹਵਾ ਘੱਟ ਰੱਖਿਆ ਕਰੋ ਇਹਦਾ ਤਾਂ ਐਡਾ ਰੋਲ ਨਹੀਂ ਹੈਗਾ ਗੱਡੀ ਹੁਣ ਉਹ ਸੀਟ ਹੁਣ ਮਗਰ ਨੂੰ ਹੋ ਜਾਣੀ ਨਾ ਦੂਆ 'ਚ ਹਾਂ ਉਹ ਮੱਛਰ ਵਾੜ ਲਿਆ ਗੱਡੀ 'ਚ ਚਲੋ ਕੋਈ ਨਹੀਂ ਹਿੱਟ ਮਾਰ ਦਾਂਗੇ ਬਾਅਦ 'ਚ ਹੁਣ ਰੱਖਾਂਗੇ ਆਪਾਂ ਬੈੱਡ ਆਈ ਥਿੰਕ ਆ ਪਾਸਾ ਇੱਧਰ ਆਊਗਾ ਕਿੱਧਰ ਆ ਨਹੀਂ ਸਰਾਣਾ ਹੈ ਉਹ ਵੀ ਆ ਜਵਾ ਕੇ ਮੋਰ ਨੂੰ ਨਾ ਡਿੱਗੇ ਉਹਦੇ ਲਈ ਆ ਇਹ ਹਿਸਾਬ ਨਾਲ ਸੀਟਾਂ ਪਿੱਛੇ ਨੂੰ ਹੋ ਜਾਣਗੀਆਂ ਵੀ ਚੀਜ਼ ਤਾਂ ਵਧੀਆ ਵਾ ਪਹਿਲਾਂ ਹੁਣ ਮੈਨੂੰ
ਆਪਦੀ ਡਰਾਈਵਰ ਸੀਟ ਦੇਖਣ ਦੇ ਬਣ ਗਈ ਲੈ ਠੀਕ ਆ ਹਾਂ ਸਹੀ ਆ ਹਾਂ ਹਾਂ ਥੋੜੀ ਜਿਹਾ ਸੀਟ ਮਗਰ ਕਰ ਫਿਰ ਕੰਮ ਸੈੱਟ ਉਹ ਆ ਕੀ ਕਰਤਾ ਉਧਰ ਤਾਂ ਉਹ ਆ ਕੀ ਮੈਨੂੰ ਲੱਗਦਾ ਆ ਜਿਹੜਾ ਆ ਪਾਸਾ ਇੱਧਰ ਆਊਗਾ ਉਹ ਨਹੀਂ ਨਹੀਂ ਪਾਪਾ ਨੂੰ ਸਪੋਰਟ ਲਈ ਇੱਧਰ ਲੈ ਬਸ ਕੀ ਲੋੜ ਆ ਉਹਦੀ ਆ ਜਿਹੜਾ ਬੱਚਾ ਕੱਟ ਜਿਹਾ ਬਣਿਆ ਉਹਦਾ ਕੋਈ ਚੱਕਰ ਨਹੀਂ ਹੈਗਾ ਕਿਵੇਂ ਬਾਹਰ ਨੂੰ ਥੱਲੇ ਨੂੰ ਕਰਕੇ ਦੇਖ ਤੈਨੂੰ ਇੱਥੇ ਉਹ ਲਾ ਦੇਵੇ ਨਾ ਜਿਹੜੇ ਨਾਲ ਦੋ ਪਿੱਲੋ ਮਿਲੇ ਨੇ ਆਹੋ ਰਣਸ਼ੇਰ ਵੀ ਆਏ ਰਣਸ਼ੇਰ ਰਣਸ਼ੇਰ ਆ ਜਾ ਬੈੱਡ ਤੇ ਬਹਿ ਜਾ ਆ ਜਾ ਹਵਾ ਭਰੀ ਉਹ ਚ ਆ ਜਾ ਉਰੇ ਮਿੱਟੀ ਬਹਿ ਕੇ ਭਰ ਲੈ ਏ ਏ ਏ ਏ ਕਚੀ ਹੈਲੋ ਹੈਲੋ ਟਿੱਡੀ ਕਿੱਥੇ ਬਹਿ ਗਿਆ ਸੀ ਪੈ ਜਾ ਨੀਨੀ ਕਰ ਲਾ ਪੈ ਜਾ ਨੀਨੀ ਕਰ ਲਾ ਨੀਨੀ ਕਰ ਲਾ ਰੇ ਨੀਨੀ ਕਰ ਲਾ ਨਹੀਂ ਮੰਮਾ ਆ ਜਾ ਇਹਨੂੰ ਟਰਾਈ ਕਰ ਦੇ ਚੀਜ਼ ਤਾਂ ਵਧੀਆ ਹੋ ਹੈ ਨਾ ਐਵੇਂ ਹਾਂ ਸਹੀ ਆ ਹਾਂ ਬਾਕੀ ਲਾਵੇ ਪੂਰਾ ਵਧੀਆ ਇੱਥੇ ਪਿੱਛੇ ਸਰਾਣਾ ਵੀ ਲੱਗਿਆ ਹੋਇਆ ਕੀ ਮੈਂ ਕਿਹਾ ਪੂਰਾ ਉਹਦੇ ਸਰਾਣਾ ਵੀ ਲੱਗਿਆ ਹੋਇਆ ਮਗਰ ਓ ਮੈਨੂੰ ਲੱਗਿਆ ਨਾ ਬਈ ਬਾਹਰ ਬਾਜ਼ ਨਹੀਂ ਆਉਣੀ ਮੈਂ ਫਟਾਫਟ ਟਾਕੀ ਖੋਲੀ ਭੁੱਲ ਗਈ ਤੁਹਾਡੇ ਮਾਈਕ ਲੱਗਿਆ ਹੋਇਆ ਕਾਕਾ ਜੀ ਪੈਸੇ ਖਰਚ ਕੀ ਹੈ ਪੈਸੇ ਨਹੀਂ ਆ ਤਾਂ ਵਧੀਆ ਚੀਜ਼ ਆ ਹਨ ਹੁਣ ਜਿੱਥੇ ਆਪਾਂ ਟ੍ਰਿਪ ਤੇ ਗਏ ਆਪਾਂ ਲੈ ਕੇ ਪਹਿਲਾਂ ਸਕਾਰ ਇਹ ਯਾਰ ਥਾਰ ਚ ਤਾਂ ਨਹੀਂ ਆਉਣਾ ਥਾਰ ਚ ਵੀ ਆ ਜਾਣਾ ਆਜੂ ਆ ਜਾਣਾ ਐਵੇਂ ਹੀ ਥਾਰ ਚ ਆ ਜਾਣਾ ਮੇਰੇ ਹਿਸਾਬ ਨਾਲ ਥਾਰ ਚ ਵੱਧ ਵਧੀਆ ਆਊਗਾ ਬਿਕੋਜ਼ ਉਹਦੇ ਪਿੱਛੇ ਸਪੇਸ ਵੱਧ ਆ ਹਨਾ ਚਲ ਠੀਕ ਆ ਜੀ ਵੀ ਟਰਾਈ ਕਰਦੇ ਆ ਚਲੋ ਬਈ ਓਕੇ ਬਾਏ ਬਾਏ ਇੰਨਾ ਸ਼ੁਕਰਾ ਸਾਨੂੰ ਇਹ ਡਰ ਸੀ ਵੀ ਹੁਣੇ ਰਿਟਰਨ ਵੀ ਨਹੀਂ ਹੋਣਾ ਵੀ ਸਹੀ ਨਿਕਲ ਜਾਵੇ ਹਾਂ ਸਹੀ ਗੱਡੀ 'ਚ ਮੱਛਰ ਵੜ ਗਿਆ ਕਾਕਾ ਜੀ ਦੋ ਸਰਾਣੇ ਰਹਿੰਦੇ ਹਵਾ ਭਰਨ ਨੂੰ ਵੀ ਭਰ ਦੇ ਚਲੋ ਕੀ ਖੋ ਗਿਆ ਤੁਹਾਡਾ ਕੀ ਖੋ ਗਿਆ ਕੀ ਖੋ ਗਿਆ ਪੈ ਕੇ ਦੇਖੋ ਯਾਰ ਬੜਾ ਨਿਆਰੇ ਦਾਰਾ ਦੇਖੋ ਤੁਹਾਡਾ ਪਰ ਚੱਲੋ ਤੈਨੂੰ ਘੱਟ ਹੀ ਹੋ ਦੋ ਹੁਣ ਥਾਰ 'ਚ ਵੀ ਇੱਕ ਵਾਰੀ ਧਰ ਕੇ ਦੇਖਦੇ ਹਾਂ ਕਿ ਆ ਬੈੱਡ ਆਉਂਦਾ ਕਿ ਨਹੀਂ ਆਉਂਦਾ ਹੁਣ ਅੱਜ ਤਾਂ ਹਵਾ ਭਰੀ ਹੋਈ ਹੋਈ ਹੈ ਹਾਂਜੀ ਫਿਰ ਜੇ ਇਹ 'ਚ ਆ ਗਿਆ ਫਿਰ ਤਾਂ ਇਹਦੇ ਵਿੱਚ ਇੰਸਟਾਲ ਕਰਾਂਗੇ ਹਾਂਜੀ ਅਤੇ ਮੈਂ ਇੱਧਰੋਂ ਸਮਾਨ ਬਾਹਰ ਕੱਢ ਰਹੀ ਹਾਂ ਉੱਧਰ ਦੀ ਜਾ ਕੇ ਨਿਕਲੋ ਇਹਦੇ 'ਚ ਮੈਨੂੰ ਲੱਗਦਾ ਬੈੱਡ ਉਦੋਂ ਵੀ ਸੌਖਾ ਹੋਊਗਾ ਕਿਉਂਕਿ ਇਹਦੇ ਸਾਈਡਾਂ 'ਤੇ ਸਪੇਸ ਹੈਗੀ ਹੈ ਲੈਟਸ ਸੀ ਇਹਦੇ ਵਿੱਚ ਤਾਂ ਬੈੱਡ ਉਦੋਂ ਵੀ ਸੈੱਟ ਬੈਠਿਆ ਪੂਰੀ ਸਹੀ ਥਾਂ ਹੀ ਆ ਸਾਰੇ ਪਾਸੇ ਕਿਉਂਕਿ ਇਹਦੇ ਨਾਲ ਇੱਧਰ ਆ ਸਾਈਡ ਹੋ ਗਈ ਜਿਵੇਂ ਉਹ ਸਾਈਡ ਹੋ ਗਈ ਇਹਨਾਂ ਦੀ ਸਪੇਸ ਥੋੜੀ ਜੀ ਵੱਧ ਆ ਹਾਂ ਬਸ ਇਹਦੇ ਵਿੱਚ ਇੱਕ ਪ੍ਰੋਬਲਮ ਆ ਹੁਣ ਸਮਾਨ ਸਹੀ ਆ ਕਿਉਂਕਿ ਉਹ ਸੀਟਾਂ ਮਗਰ ਨੂੰ ਕਰਤੀਆਂ ਸੀ ਥੋੜੀ ਸੀਟਾਂ ਮਗਰ ਨੂੰ ਕੀਤੇ ਨੇ ਪਿੱਛੇ ਜਾ
ਪਿੱਛੇ ਜਮਾ ਹੀ ਜਗ੍ਹਾ ਨਹੀਂ ਬਚੀ ਹੈਗੀ। ਸੀਟਾਂ ਥੋੜੀਆਂ ਗਾਹਾਂ ਤਾਂ ਹੋ ਜਾਣਗੀਆਂ, ਮੈਂ ਤੂੰ ਕਰ ਸਕਦੀ ਆ। ਕਰ ਵੀ ਸਕਦੇ ਆ, ਫਿਰ ਇਹ ਪੱਚੀ ਦਿੱਕਤ ਜਿਹਾ ਹੋ ਜਾਊਗਾ। ਹਾਂਜੀ ਆ ਜਾ ਆ ਜਾ। ਇਹ ਤਾਂ ਜਦੀ ਕਾਲੀ ਪੈ ਜਾਂਦੀ ਆ, ਗੱਡੀ ਕੱਢਣ ਨਹੀਂ ਦਿੰਦਾ ਮਾੜੀ ਜੀ ਵੀ। ਲੈ ਪੈ ਜਾ, ਨੀਨੀ ਕਰ ਲਾ, ਪੈ ਜਾ ਪੈ ਜਾ ਪੈ ਜਾ, ਨੀਨੀ ਕਰ ਲਾ। ਦੋਨਾਂ ਗੱਡੀਆਂ ਚ ਵਧੀਆ ਸੈੱਟ ਆ ਗਿਆ। ਜੇ ਤੁਸੀਂ ਗੱਡੀ 'ਚ ਦੋ ਜਾਂ ਤਿੰਨ ਜਾਣੇ ਟਰੈਵਲ ਕਰਦੇ ਹੋ, ਮੇਰੇ ਹਿਸਾਬ ਨਾਲ ਇਹ ਸੌਦਾ ਮਾੜਾ ਨਹੀਂ ਹੈਗਾ ਕਿ ਇੱਕ ਜਣਾ ਪਿੱਛੇ ਜਾ ਕੇ ਆਰਾਮ ਦੇ ਨਾਲ ਆਰਾਮ ਕਰ ਸਕਦਾ। ਇਹ ਕੋਈ ਬਹੁਤਾ ਮਹਿੰਗਾ ਸੌਦਾ ਵੀ ਨਹੀਂ ਹੈਗਾ। ਐਮਾਜ਼ੋਨ 'ਤੇ ਜਦੋਂ ਮੈਂ ਲਿਆ ਸੀਗਾ ਉਦੋਂ 2500 ਸੀਗਾ, ਅਤੇ ਅੱਜ ਮੈਂ ਦੇਖਿਆ ਅੱਜ ਤਾਂ 1900 ਰੁਪਏ ਦਾ ਹੀ ਆ। ਮਤਲਬ ਇਹ ਤੁਹਾਨੂੰ 2000 ਤੋਂ 3000 ਦੇ ਵਿੱਚ ਵਿੱਚ ਮਿਲ ਜੂਗਾ। ਅਤੇ ਬਾਕੀ ਹੁਣ ਆਪਾਂ ਐਂ ਕਰਦੇ ਹਾਂ, ਆਹ ਵਲੋਗ ਕਰਦੇ ਹਾਂ ਇੱਥੇ ਐਂਡ। ਜੇ ਵਲੋਗ ਵਧੀਆ ਲੱਗਿਆ ਹੋਇਆ ਕਿਸੇ ਵੀ ਰੀਜ਼ਨ ਕਰਕੇ, ਵਲੋਗ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ। ਹੁਣ ਕੁਛ ਟਾਈਮ ਦੇ ਵਿੱਚ ਵਿੱਚ ਐਡੇ ਤਕੜੇ ਤਕੜੇ ਵਲੋਗ ਵਾਲੇ ਹਨ, ਮਗਾ ਤੁਸੀਂ ਨਾ ਸੋਚੇ ਹੋਣੇ ਆ, ਨਾ ਮੈਨੂੰ ਲੱਗਦਾ ਕਦੇ ਸੋਚੋਗੇ, ਕਿਉਂਕਿ ਪੰਜਾਬੀ ਵਲੋਗਿੰਗ 'ਚ ਤਾਂ ਉਹ ਚੀਜ਼ ਕਦੇ ਨਹੀਂ ਹੋਈ ਹੋਣੀ। ਪੰਪ ਬੜਾ ਵੱਡਾ ਤਾਂ ਨਹੀਂ ਹੋ ਗਿਆ? ਚਲੋ ਕੋਈ ਨਾ, ਜੇ ਹੋ ਗਿਆ ਤਾਂ ਫਿਰ ਹੋ ਗਿਆ ਸੀ, ਫਿਰ ਕਰਾਂਗੇ।